टाइम आ गया बेचारे दे इत्थे गोली लगी आ ओदे। बॉर्डर पे इस वक्त मैं मौजूद हूं, आप जुड़ चुके हैं पब्लिक मीडिया हरियाणा के साथ। मैं मेनका देसवाल 21 तारीख की ओ इस नाम हां मेरा नाम जी मेरा नाम सरजीत जी बाबा ते ओ मुंडे ते जदो गोली लाई है जी धरती तो ਇੰਨੀ ਉੱਪਰ ਗੋਲੀ ਲਾਈ ਹੈ। ਅੱਛਾ ਜੀ। ਉਹ ਜਦੋਂ ਨੀਚੇ ਧੂਇਆ ਉਹ ਮਤਲਬ ਬੰਦ ਕਰਨ ਲੱਗਿਆ ਉਹ ਆਏ ਉਹ ਮਤਲਬ ਇੱਥੇ ਲੱਗ ਗਈ ਉਹਦੇ ਕੋਲ ਆਹ ਗੋਲੀ ਲੱਗੀ ਆ। ਦੇਖ ਸਕੋ ਭਾਈ ਗੋਲੀ ਜੋ ਸਾਧ ਬਾਬਾ ਜੀ ਲੈ ਰਹੇ ਆ ਦੇਖ ਲਿਓ ਕਿਆ ਕੀ ਹੋਰ ਹੈ 32 ਹੋਰ ਤੇ ਗੋਲੀ ਦੇ ਉੱਪਰ ਨਾਮ ਵੀ ਐਸਆਰ ਮਲਕਿਆ ਹੋਇਆ। ਤਾਂ ਇੱਕ ਵਾਰ ਜ਼ੂਮ ਕਰਕੇ ਕਹੂੰਗੀ ਅੱਗੇ ਕੈਮਰਾਮੈਨ ਕੋ ਇੱਕ ਵਾਰ ਦਿਖਾਏ ਗੋਲੀ ਦੇ ਲੋ ਭਾਈ ਪਲਾਸਟਿਕ ਕੀ ਹੈ ਰੀਅਲ ਕੀ ਹੈ ਜਾਂ ਦੇਖ ਲਿਓ ਇਸ ਇਹ ਹੋ ਸਕਦਾ ਹੈ ਇਹ ਪੁਲਿਸ ਜਾਂਚ ਦਾ ਵਿਸ਼ਾ ਹੋ। तो देख सको आप भाई गोलियां होर भी मारदा हो असि ओदे मगर पै गए जदों आए रवार बार खाली करता उन्हें ते ओ असि मुंडे नु भी कहा तू अगे ना जा ओ कहंदा मैं अथरू गैस धुएं वाला बंद करूंगा ओ महाज तो कणक रमी है उधर तां धुआं तंग ही नहीं करता मां ना जा जदों कोई ओदे इत्थे गोली लगी आ ओदे ते फिर ओनू असि खिच के ओदे लियांदा ते बाकी दे ट्रालियां चो बंदे बोरियां च पा पा लै गए मेरे वर्गे बाबे बजुर्ग एक घना ना कुट कुट के साडे सामने ऐ मारिया बोरी च बंद कर तुसी किदां विच बाबा जी फिर असी इधर ले हथ सीगे असी ऊ देख रहे जी ज्यादा कुछ जदों आ साथो इधर आ गई यार कारां तोड़ियां ने जी यहां तक उरो तक कारां तोड़ियां ने बाबा जी ने नहीं ध्यान कीता दूजे बंदे असी हैंड करने ओ सानू दिस रिहा सीगा उत्थों ਕਾਰਾਂ ਤੋੜੀ ਜਾਂਦੇ ਅਸੀਂ ਪਤਾ ਕੀ ਆ ਜੀ ਤੁਹਾਨੂੰ ਦੱਸਦੇ ਆ ਇਹ ਫੋਰਸਾ ਉਹ ਵੀ ਜ਼ਿਮੀਦਾਰਾਂ ਦੇ ਪੁੱਤ ਅਸੀਂ ਕਿਸਾਨ ਇੱਧਰ ਖੜੇ ਆ ਉਹਦੇ ਵਿੱਚ ਕੋਈ ਸ਼ਰਾਰਤੀਆਂ ਨੇ ਆ ਕੇ ਵੜ ਕੇ ਸਾਰੇ ਸਾਡੇ ਟਰੈਕਟਰ ਤੋੜੇ 50 ਸਾਡੇ ਮੁੰਡਿਆਂ ਨੂੰ ਕੁੱਟ ਕੁੱਟ ਕੇ ਲੱਤਾਂ ਬਾਹਾਂ ਤੋੜ ਕੇ ਇੱਕ PGI ਚ ਰੋਹਤਕ ਦਾਖਲ ਆ ਇੰਨਾ ਜ਼ਿਆਦਾ ਜ਼ੁਲਮ ਕੀਤਾ ਜੀ ਇੰਨਾ ਜ਼ੁਲਮ ਤੇ ਕਿਤੇ ਮੁਗਲਾਂ ਟਾਈਮ ਹੋਇਆ ਹੋਵੇਗਾ ਅਸੀਂ ਇੱਕੋ ਦੇਸ਼ ਦੇ ਵਾਸੀ ਆ ਅਸੀਂ ਆਪਦੇ ਹੱਕ ਮੰਗ ਰਹੇ ਆ ਸਾਡੀ MSP ਨੂੰ ਕਾਨੂੰਨ ਬਣਾਉਣ ਅੱਜ ਅਸੀਂ ਜਿਹੜੀਆਂ ਸਬਜ਼ੀਆਂ ਦਿੱਲੀ ਨੂੰ ਦੇ ਰਹੇ ਹਾਂ ਸਾਰਾ ਸਿਸਟਮ ਜਾ ਰਿਹਾ ਕਿਸਾਨ ਉਹਨੂੰ ਬੰਦ ਕਰ ਦੇਣ ਤੇ ਇਹਨਾਂ ਦਾ ਨਾਸਾ ਹੀ ਧੂੰ ਆ ਜਾਏਗਾ ਹੁਣ ਤੱਕ ਕਿਸਾਨ ਨੇ ਇਹਨਾਂ ਨੂੰ ਹਰੀ ਕ੍ਰਾਂਤੀ ਆਈ ਕਿਸਾਨ ਨੇ ਹੀ ਇਹਨਾਂ ਅੰਨਦਾਤਾ ਅੰਨ ਭੰਡਾਰ ਦਿੱਤਾ ਨਾ ਬਾਹਰੋਂ ਅਨਾਜ ਮੰਗਾਉਂਦੇ ਸੀਗੇ ਤੇ ਅੱਜ ਸਾਡਾ ਇੰਨਾ ਜ਼ੁਲਮ ਕਰ ਰਹੇ ਨੇ ਸਾਡੇ ਭਰਾਵਾਂ ਨੂੰ ਮਾਰਤਾ ਇੱਥੇ ਗੋਲੀਆਂ ਮਾਰ ਮਾਰ ਕੇ ਹੁਣ ਆਉਣ ਵਾਲੇ ਟਾਈਮ 'ਚ ਇਲੈਕਸ਼ਨ ਆ ਰਹੀ ਆ ਅਸੀਂ ਹਥਿਆਰਾਂ ਨਾਲ ਜਵਾਬ ਨਹੀਂ ਦਿੰਦੇ ਅਸੀਂ ਵੋਟ ਨਾਲ ਜਵਾਬ ਦੇਵਾਂਗੇ ਅਸੀਂ ਪਿੰਡਾਂ ਵਿੱਚ ਨਹੀਂ ਵੜਨ ਦੇਵਾਂਗੇ ਇਹਨਾਂ ਨੂੰ ਅਸੀਂ ਪਿੰਡਾਂ ਵਿੱਚ ਨਹੀਂ ਵੜਨ ਦੇਵਾਂਗੇ ਇਹ ਹੁਣ ਵੀ ਸਾਡੇ ਜਿਹੜਾ ਮੁੰਡੇ ਸਾਡੇ ਮਾਰੇ ਆ ਉਹ ਪਰਚਾ ਦਰਜ ਕਰਨ ਜਿਹੜਾ ਸਾਡਾ PGI ਮੁੰਡਾ ਹੈ ਉਹਨੂੰ ਸਾਡੇ ਪੰਜਾਬ 'ਚ ਲਿਆਉਣ ਤੇ ਉਹਦਾ ਅਸੀਂ ਇਲਾਜ ਕਰਾ ਸਕੀਏ ਸਾਡੇ ਪੰਜਾਬ ਦਾ ਸੀ ਜਾਂ ਹਰਿਆਣੇ ਦਾ ਸੀ ਹਾਂਜੀ ਸਾਡੇ ਪੰਜਾਬ ਦਾ ਪ੍ਰਿਤਪਾਲ ਸਿੰਘ ਆ ਨਵੇਂ ਗਾਉਂ ਦਾ ਮੁੰਡਾ ਸਾਡਾ ਆਪਣਾ ਹੈ ਅੱਛਾ ਜੀ ਕਿੰਨੀ ਉਮਰ ਉਮਰ ਉਹਦੀ ਹੋਏਗੀ 38 ਸਾਲ ਦੀ ਜਵਾਨ ਹੈ ਜੀ ਬਿਲਕੁਲ ਨੌਜਵਾਨ ਮੁੰਡਾ ਹੈ ਤੇ ਇਥੋਂ ਕਾਰਾਂ ਦੇ ਵਿੱਚੋਂ ਧੂ ਧੂ ਕੇ ਬੰਦੇ ਕੱਢੇ ਆ ਜੀ ਇੰਨਾ ਜ਼ੁਲਮ ਕੀਤਾ ਗਿਆ ਵੇਖੋ ਪਹਿਲਾਂ ਵੀ ਚੱਲਿਆ ਸੰਘਰਸ਼ ਇੰਨਾ ਜ਼ੁਲਮ ਨਹੀਂ ਹੋਇਆ ਜਿੰਨਾ ਹੁਣ ਜ਼ੁਲਮ ਕਰਨ ਦੇ ਉਹ ਪਤਾ ਨਹੀਂ ਜੀ ਲੱਗਿਆ ਇੱਥੇ ਧੂਆਂ ਤਾਂ ਛਾਂ ਉਹਦੇ ਨਹੀਂ ਸੀ ਉਹਦਾ ਹੀ ਡਿੱਗ ਪਿਆ ਤੇ ਉਹ ਫੋਰਸ ਗੋਲੀ ਲਾ ਕੇ ਇੱਧਰ ਆ ਗਈ ਉਹ ਜਿਹੜੇ ਨੇ ਗੋਲੀ ਲਾਈ ਹੈ ਉਹਦੇ ਵਰਦੀ ਨਹੀਂ ਸੀ ਪਾਈ ਫੋਰਸ ਦੀ ਵਰਦੀ ਉਹ ਸ਼ਬਦ वो जगह आपको दिखाएंगे जहाँ पर सुकन की जो है मौत हुई है किसान तो ये कह रहे हैं कि हत्या की गई है तो फिलहाल वो जगह बिल्कुल वो स्थान आप देख सकते हो और ये इधर खनोरी बॉर्डर है दर्शा जिंदाना है इधर ये पंजाब का और इधर वो जगह है बिल्कुल जहाँ पर वो गोली सुकन के ऊपर जो है चलाई गई बड़ी खबर इस वक्त की है वो गोली भी अब जो है किसान अपने साथ ले रहे हैं प्रूफ के तौर पर अपने साथ वो जगह बिल्कुल वो स्थान जहाँ पर सुकन को गोलियाँ जो है दागी गई वो जगह हम आपको दिखाएंगे ये गेहूँ की फसल आप देख सकते हो दूर नहीं जाना आपां चलो कोई बात नहीं इधर मारिया के साडे विच इत्थे भी गए
ਧਾਰ ਹੋਇਆ ਪਿਆ ਸੀ, ਇੰਨਾ ਬੰਬ ਡਿੱਗਿਆ ਇੱਥੇ ਕੁਛ ਦੇਖਦਾ ਹੀ ਨਹੀਂ। ਤੁਸੀਂ ਮੌਕੇ ਤੇ ਹੁੰਦੇ ਤੇ ਤੁਹਾਨੂੰ ਪਤਾ ਲੱਗਦਾ। ਵੇਖੋ ਸਾਡੇ ਕੋਲੋਂ ਜਿਹੜਾ ਤੁਸੀਂ ਪੁੱਛ ਰਹੇ ਨਾ ਵਾਰ ਵਾਰ, ਅਸੀਂ ਕੋਈ ਉੱਧਰ ਨਹੀਂ ਗਿਆ, ਸਾਰੀ ਫੋਰਸ ਇੱਧਰ ਆਈ ਹੈ। ਇੱਧਰ ਆਈ ਪ੍ਰਧਾਨ ਮੰਤਰੀ ਆ, ਪ੍ਰਧਾਨ ਮੰਤਰੀ ਤੋਂ ਅਸੀਂ ਮੰਗਾਂ ਮੰਗ ਰਹੇ, ਅਸੀਂ ਆਪਦਾ ਹੱਕ ਮੰਗ ਰਹੇ ਆ ਜੀ। ਪ੍ਰਧਾਨ ਮੰਤਰੀ ਅਸੀਂ ਉਹ ਸੜਕ ਤੇ ਸੀ, ਅਸੀਂ ਪਿੱਛੇ ਹਟਦੇ ਗਏ ਜੀ, ਜਿਵੇਂ ਜਿਵੇਂ ਫੋਰਸ ਪੈ ਗਈ ਆ ਨਾ ਅੱਗੇ ਆ ਕੇ, ਅਸੀਂ ਉਹ ਉੱਥੇ ਖੜੇ। ਨਹੀਂ ਇੱਧਰ ਤਾਂ ਮੁੰਡਾ ਡਿੱਗ ਪਿਆ, ਮੁੰਡੇ ਚੁੱਕ ਕੇ ਲਿਆਏ ਆ ਜੀ ਉਹਨੂੰ ਵਿਚਾਰੇ ਨੂੰ। ਹਾਂਜੀ ਮਾਰਦੀ ਕੋਈ ਜਗ੍ਹਾ ਹੈ ਬਾਈ, ਇਹ ਜਗ੍ਹਾ ਹੈ ਉਹ ਜਹਾਂ ਪਰ ਸੁਪਕਣ ਕੋ ਜੋ ਹੈ ਗੋਲੀ ਜੋ ਹੈ ਉਸ ਆ ਲੱਗੀ ਆ ਗੋਲੀ। ਇਹ ਗੋਲੀ ਦੇਖ ਸਕਦੇ ਹੋ ਬਾਬਾ ਜੀ ਜੋ ਹੈ ਆਪਣੇ ਸਾਥ, ਇਹ ਉਹ ਜਗ੍ਹਾ ਠੀਕ ਹੈ ਜਗ੍ਹਾ। ਉੱਪਰ ਕਹਿਣਾ ਚਾਹੂੰਗੀ ਕੈਮਰਾਮੈਨ ਕੋ ਦਿਖਾਓ, ਇਹ ਜੋ ਹੈ ਰੋਡ ਗੋਲੀਆਂ ਹੋੜ ਵੀ ਮਾਰਦੇ ਹੋ ਉਹ ਦੁਬਾਰੇ ਰਬਾਉਣ ਬਾਰ ਅਸੀਂ ਪਰ ਤੇ ਉਹ ਮੰਗਰ ਬਾਸ ਚਲਿਆ ਗਿਆ, ਦੁਬਾਰੇ ਰਬਾਉਣ ਬਾਰ ਨਹੀਂ ਭਰਿਆ ਗਿਆ ਤੋ ਅਸੀਂ ਫਿਰ ਉਹਨੂੰ ਖਿੱਚ ਕੇ ਲੈ ਗਏ ਚੁੱਕਰ ਨੂੰ ਤੇ ਉਹ ਉੱਧਰ ਚਲਿਆ ਗਿਆ। ਹਾਂ ਨਹੀਂ ਪਕੜਿਆ ਉਹ, ਇੱਧਰ ਗੱਡੀਆਂ ਤੋੜਨ ਲੱਗ ਗਏ, ਸਾਡਾ ਉੱਧਰ ਧਿਆਨ ਹੋ ਗਿਆ, ਉਹ ਸਾਡਾ ਨੁਕਸਾਨ ਕਰਿਆ। ਦੇਖੋ ਅਸੀਂ ਜਮਾ ਨਹੀਂ ਬਾਰਡਰ ਟੱਪੇ, ਉਹ ਬਾਰਡਰ ਟੱਪ ਕੇ ਇੱਧਰ ਕੁਝ ਬੰਦੇ ਸਾਡੇ ਸਹੀ ਤਰੀਕੇ ਨਾਲ ਨਹੀਂ ਗੱਲ ਦੱਸ ਸਕਦੇ। ਤੁਸੀਂ ਨਾ ਉਹਨਾਂ ਦੇ ਮੂੰਹ 'ਚ ਵਿੱਚ ਫੋਨ ਤੁੰਨਿਆ ਕਰੋ ਸਪੀਕਰ, ਜਦੋਂ ਅਸੀਂ ਤੁਹਾਨੂੰ ਦੱਸਣ ਦੇ ਵੀ ਇੱਥੋਂ ਘੱਟੋ ਘੱਟ 7 ਕਿੱਲੇ ਦੂਰ ਆ ਜੀ, ਇੱਥੇ ਆ ਕੇ ਆ ਸਾਰੇ ਟਰੈਕਟਰ ਟੁੱਟੇ, ਵੇਖੋ ਤੁਸੀਂ ਤੁਹਾਡੇ ਸਾਹਮਣੇ ਤਾਂ ਖੜੇ, ਅੱਜ ਖੁਦ ਮੈਂ ਮੌਕੇ ਤੇ ਆ, ਇੱਥੇ ਆ ਜਾ ਪੂਰੇ ਦੇਖਣੇ ਆ ਉਹ ਜਿਹੜਾ ਕੋਠਾ ਜੀ ਹਾਂਜੀ ਉਹਦੇ ਉੱਤੇ ਮੁੰਡਾ ਖੜੋਤਾ, ਅੱਛਾ ਜੀ ਰਫਲ ਵਾਲਾ, ਅੱਛਾ ਜੀ ਜਿਹੜਾ ਮੁੰਡੇ ਨੂੰ ਗੋਲੀ ਵੱਜੀ ਆ ਉੱਥੇ ਖੜੋਤਾ, ਅੱਛਾ ਜੀ ਇਸ ਖੰਬੇ ਕੇ ਪਾਸ, ਹਾਂ ਉਹ ਖੰਬੇ ਤੋਂ ਅੱਗੇ, ਅੱਛਾ ਜੀ ਦਿਖਾਓ ਇੱਕ ਵਾਰ ਥੋੜਾ, ਅੱਛਾ ਉਹਨੇ ਉਹਨੇ ਗੋਲੀ ਉਹ ਮੁੰਡੇ ਨੇ ਮਾਰੀ ਸਿੱਧੀ ਆ ਨਿਕਲੀ, ਅੱਛਾ ਜੀ ਇੱਥੇ ਖੜੋਤਾ ਮੈਂ, ਖੁਦ ਮੈਂ ਵੇਖਣ ਡਿਆ ਮੇਰੀਆਂ ਕਿਹੜੀਆਂ ਅੱਖਾਂ ਵੱਧੀਆਂ ਸਾਰੇ ਦੇਖਣ ਦੇ ਸੀ, ਉਹ ਸਾਡੇ ਤੋਂ ਇੱਕ ਬੰਬ ਉਹ ਗਾਂ ਮਾਰਿਆ, ਇੱਕ ਉਹ ਮਾਰਿਆ ਲਈ ਦੇ ਦਈਦੇ ਛਪਾਈਆਂ ਵਿੱਚ ਜੀ ਗਾਂ ਅੱਜ ਬਾਪੂ ਬਾਰਡਰ ਤੋਂ 6-7 ਕਿਲੋਮੀਟਰ ਦੂਰ ਆ, ਨਾ 7 ਕਿੱਲੇ ਦੂਰ ਆ, ਕਿੱਥੇ ਅਸੀਂ ਹੁਣ ਉਹ ਇੰਨੀ ਫੇਰ ਉਹਨਾਂ ਦੇ ਨਾਲ ਉਹ ਜਿਹੜੇ ਫੌਜੀ ਖੜੋਤੇ ਆ ਉਹਨਾਂ ਦੇ ਮਗਰਲੇ ਦਾ ਉਹ ਤੇਲ ਪੰਪ ਆ ਨਾ ਪਰਲੇ ਦਾ, ਚੱਲ ਕੇ ਵੇਖ ਲਾ ਉੱਥੇ ਮੁੰਡੇ ਸਾਰੇ ਬੈਠੇ ਲਟੇਰੇ, ਸ਼ਸਤਰ ਬਸਤਰ ਉਹਨਾਂ ਦੇ ਕੋਲ ਆ, ਉਹਨਾਂ ਨੇ ਕੋਲੇ ਨਾ ਐਡੀਆਂ ਫਿਰ ਥੱਬੜਾਂ ਜਿਹੀਆਂ ਔਰ ਸਾਰੇ ਟੋਟਲ ਸਾਡੇ ਭੰਨੇ ਆ ਸਾਰੇ, ਮੈਂ ਆਪ ਖੁਦ ਉਹ ਜਿਹੜਾ ਹਰਾ ਬੋਰਡ ਆ ਨਾ ਉੱਥੋਂ ਤੱਕ ਗਏ ਉਹ ਵੇਖ ਲਾ ਸਾਰੇ ਭੰਨੇ ਪਏ ਆ। ਮੇਰਾ ਨਾਮ ਬਲਕਾਰ ਸਿੰਘ, ਪਿੰਡ ਕਾਂਗਸਲਾ, ਔਰ ਇਹ ਬਾਤ ਇਹ ਆ ਅੱਜ ਤਾਂ ਇਹਨਾਂ ਨੇ ਬਣਾ ਲਿਆ ਵੀ ਇਹ ਪੰਜਾਬ ਹੈ ਜਾਂ ਇਹ ਸੜਕ ਹੈ, ਇਹ ਮੋਦੀ ਕੇ ਬਾਪ ਕੀ ਨਹੀਂ ਸੜਕ, ਨਾ ਖੱਟੜ ਕੇ ਬਾਪ ਕੀ, ਜੋ ਰਸਤਾ ਹੈ ਨਾ ਉਹ ਸਾਰੇ ਮੁਲਕ ਦਾ ਸਾਂਝਾ ਹੈ, ਸਾਰੇ ਮੁਲਕ ਨੇ ਲਿਖਣਾ ਤਾਂ ਵੀ ਲਿਖਣਾ ਮੈਂ ਵੀ ਲਿਖਣਾ ਮੇਰਾ ਵੀ ਕਿਹੜਾ ਮੇਰਾ, ਇਹਨੇ ਰਸਤਾ ਰੋਕਿਆ ਅੱਗੇ ਇਹਨੇ ਉਹ ਪਾਏ, ਇਹਨੇ ਕਿਉਂ ਪਾਇਆ, ਇਹ ਪਰਚੇ ਦੇ ਹੱਕਦਾਰ ਆ, ਜਿੰਨਾ ਨੁਕਸਾਨ ਸਾਰਾ ਹੀ ਖੱਟੜ ਨੂੰ ਪੈਣਾ ਚਾਹੀਦਾ, ਜੇ ਤਾਂ ਲਾਉਣੀ ਓ ਖਬਰ ਤੇ ਐ ਸਹੀ ਲਾਵੀ, ਨਹੀਂ ਲਾਉਣੀ ਤੇ ਫਿਰ ਰਹਿਣ ਦੋ ਆ ਜਾਓ ਬੰਦ। ਖਾਣ ਪਾਉਂਦੇ ਹੁੰਦੇ ਸੀ ਲੰਡਾ ਲੁੱਚਾ ਚੌਧਰੀ ਤੇ ਗੁੰਡੀ ਰਨ ਪ੍ਰਧਾਨ, ਪੁੱਤ ਗੁੱਸਾ ਨਾ ਤੂੰ ਨਾ ਕਰੋ, ਤੂੰ ਸਾਡੀ ਧੀ ਆ, ਇਹਦੇ ਵਿੱਚ ਜਿਹਦੀ ਪੁੱਤ ਮਰਿਆ ਨਾ, ਜਿਹਦਾ ਅੱਜ ਪੁੱਤ ਮਰਿਆ ਨਾ, ਜਿਹਦਾ ਘਰ ਤੈ ਹੋ ਗਿਆ, ਬਿਲਕੁਲ ਉਹਦੀਆਂ ਅੰਦਰਾਂ ਨੂੰ ਵੇਖ ਜਾ ਕੇ, ਮੋਦੀ ਦਾ ਕਿਹੜਾ ਪੁੱਤ ਮਰਿਆ, ਬਿਲਕੁਲ ਕਿ ਖੱਟੜ ਦਾ ਮਰਿਆ ਮਰਿਆ, ਸਾਰੇ ਤੇ ਜੋਗੀ ਦਾ ਮਰਿਆ ਰੋ ਰਿਹਾ ਜੀ ਸਾਰੇ ਦੇਸ਼ ਦਾ, ਕਿਸੇ ਦਾ ਪੁੱਤ ਜਿਹਦਾ ਪੁੱਤ ਮਰਿਆ ਉਹਦੇ ਘਰ ਜਾ ਕੇ ਵੇਖੋ ਅੱਜ ਕੀ ਬਣਿਆ, ਤੇ ਜਿਹੜੀਆਂ ਤਿੰਨ ਭੈਣਾਂ ਤੇਰੇ ਜਿੱਡੀਆਂ ਜਿੱਡੀਆਂ ਬੈਠੀਆਂ, ਇੱਕ ਵਿਆਹੀ ਆ ਦੋ ਕੁਆਰੀਆਂ ਬੈਠੀਆਂ, ਉਹ ਜਾ ਕੇ
ਭੱਜ ਭੱਜ ਕੇ ਮਗਰ ਮਾਰੇ ਨੇ ਕਿਸਾਨ ਮੋਦੀ ਦੇ ਤੇ ਖੱਟੜ ਦੇ ਮਰਵਾਏ ਮਰੇ ਭੱਜ ਭੱਜ ਕੇ ਮਗਰ ਮੇਰੇ ਭਤੀਜੇ ਦੇ ਅੱਖ ਦੇ ਵਿੱਚ ਗੋਲੀ ਵੱਜੀ ਆ ਆ ਮਤੌਲੀ ਪਿੰਡ ਆ ਅੱਖ ਇੱਕ ਗਈ ਚਲੀ ਆ ਵੇਖ ਪਹਿਲੇ ਦਿਨ ਮੈਂ ਇੱਥੇ ਖੜੋਤਾ ਉਹ ਦਾਣਾ ਆ ਵੇਖ ਇੱਥੋਂ ਦੀ ਲੰਘਿਆ ਮੇਰੇ ਆ ਵੇਖ ਮੈਂ ਤਾਂ ਦਵਾਈ ਦੁਈ ਲਵਾ ਕੇ ਦਿਆ ਵੇਖੋ ਐਂਬੂਲੈਂਸ ਲੈ ਕੇ ਹਸਪਤਾਲ ਭਰਿਆ ਪਾਤੜਾ ਸਾਰਾ ਜਿੰਦਰਾ ਹਸਪਤਾਲ ਭਰਿਆ ਪਿਆ ਦੇਖ ਸਕਦੇ ਹੋ ਬਾਈ ਕਈ ਕਈ ਲੋਕਤੰਤਰ ਕੀ ਜੋ ਬਾਨਗੀ ਹੈ ਔਰ ਨੁਕਸਾਨ ਕੀਤਾ ਪਤਾ ਸੀ ਜਦੋਂ ਕਿ ਆਪਣੀਆਂ ਇੱਥੋਂ ਧੀਆਂ ਭੈਣਾਂ ਪਠਾਣ ਲਿਜਾ ਕੇ ਗਜਰੀ ਦੇ ਵਿੱਚ ਵੇਚਦੇ ਸੀ ਵੇਚਦੇ ਸੀ ਦੋ ਦੋ ਪੈਸਿਆਂ ਦੀ ਅਤੇ ਜਿਹੜਾ ਨਿਰੰਗਜੇਬ ਸੀ ਨਾ ਉਹ ਸਾਰਿਆਂ ਕੋਲ ਮੁਸਲਮਾਨ ਬਣਾਈ ਆਉਂਦਾ ਸੀ ਗਊਕਾ ਮੀਟ ਛੱਕ ਅਤੇ ਮੁਸਲਮਾਨ ਬਲ ਅਤੇ ਗਲ ਚੋਂ ਤਾਗਾ ਤਾਰਿਆ ਸਵਾ ਮਨ ਜਿਉਂ ਤਾਰ ਕੇ ਫਿਰ ਰੋਟੀ ਖਾਇਆ ਕਰਦਾ ਸਵਾ ਮਨ ਤੱਕ ਤੋ ਭਾਈ ਦੇਖ ਸਕੋ ਹੋ ਜਹਾਂ ਅੱਜ ਆਵਾਜ਼ ਹੋ ਰਹੀ ਹੈ ਬਾਤ ਹੋ ਰਹੀ ਹੈ ਕਿ ਤਾਂ ਖਾਲਸਾ ਕੀ ਬਾਤ ਕਰ ਰਹੇ ਹੈ ਇਹ ਖਾਲਿਸਤਾਨ ਕੀ ਬਾਤ ਕਭੀ ਹਿੰਦੂਆਂ ਕੀ ਰਕਸ਼ਾ ਕਰੀਏ ਚਾਰ ਚਾਰ ਸੌ ਜੋ ਹੈ ਨੌਜਵਾਨ ਯੁਵਾ ਚਾਂਦਨੀ ਚੌਂਕ ਮੇ ਸ਼ਹੀਦੀ ਕੇ ਲਈ ਹਰ ਰੋਜ਼ ਜਾਤੇ ਥੇ ਜਾਂਦੇ ਸੀ ਨਾ ਉਸ ਹਿੰਦੁਸਤਾਨ ਕੀ ਰਕਸ਼ਾ ਕੇ ਲਈ ਹਿੰਦੂਤਵ ਕੀ ਰਕਸ਼ਾ ਕੇ ਲਈ ਅੱਜ ਉਹ ਖਾਲਸਾ ਹੋ ਗਏ ਅੱਜ ਉਹ ਖਾਲਿਸਤਾਨੀ ਹੋ ਗਏ ਅੱਜ ਉਹ ਇਤਿਹਾਸ ਹਮ ਭੁੱਲ ਗਏ ਹਾਂ ਮਾਰੇ ਤਾਂ ਤੁਸੀਂ ਭਾਈ ਹੋ ਮਾਰੇ ਤਾਂ ਬੇਟੇ ਹੋ ਪਰ ਧੀਆਂ ਹੋ ਤੁਸੀਂ ਅੱਛਾ ਉਹ ਕਰਦਾ ਸੀ ਇਹ ਕੁਛ ਤੇ ਆਪਣੀਆਂ ਧੀਆਂ ਭੈਣਾਂ ਲਿਜਾ ਕੇ ਵੇਚਦਾ ਸੀ ਗੁਰੂ ਨੌਵੇਂ ਪਾਤਸ਼ਾਹ ਜੀ ਨੇ ਆਪਣੀ ਰੱਖਿਆ ਕੀਤੀ ਚਾਨਣੀ ਚੌਂਕ ਵਿੱਚ ਸੀਸ ਦਿੱਤਾ ਅੱਛਾ ਇੱਥੇ ਟਰਾਲੀ ਦੇ ਨਾਲ ਗੁਰੂ ਨੌਵੇਂ ਪਾਤਸ਼ਾਹ ਦੀ ਫੋਟੋ ਲੱਗੀ ਆ ਇਹ ਮਾਤਾ ਗੁਜਰੀ ਜੀ ਤੇ ਸਾਹਿਬਜ਼ਾਦਿਆਂ ਤੇ ਗੁਰੂ ਗੋਬਿੰਦ ਸਿੰਘ ਉਹਨਾਂ ਮੁੰਡਿਆਂ ਪਾੜ ਕੇ ਨਾ ਤੇ ਐਂ ਪੈਰਾਂ ਦੇ ਵਿੱਚ ਐਂ ਮਿੱਧੀ ਇਹ ਭੈਣ ਚੋਦੋਂ ਆਹ ਤੁਹਾਡਾ ਗੁਰੂ ਆਹ ਤੁਹਾਡਾ ਗੁਰੂ ਓਏ ਉਦਣ ਤਾਂ ਗੁਰੂ ਸੀ ਇਹਨਾਂ ਦਾ ਤੇ ਅੱਜ ਉਹ ਬੇਗੁਰੂ ਹੋ ਗਿਆ ਇੱਥੇ ਫੋਟੋ ਪਾੜੀ ਉਹਨਾਂ ਸਾਡੇ ਵਿਹਲਿਆਂ ਸਾਹਮਣੇ ਤੇ ਪੈਰ ਅੱਜ ਪੁੱਤ ਇਹ ਖਾਲਿਸਤਾਨ ਆ ਜਾਂ ਹੋਰ ਕੋਈ ਇਹ ਠਾਉਂਦੇ ਆ ਧਰਮ ਇੱਕੋ ਹੀ ਹੁੰਦਾ ਸਾਰਿਆਂ ਚਾਹੇ ਮੰਦਿਰ ਹੈ ਚਾਹੇ ਮਸੀਤ ਹੈ ਚਾਹੇ ਗੁਰਦੁਆਰਾ ਹੈ ਇੱਕੋ ਚੀਜ਼ ਹੈ ਏਕ ਨੂਰ ਸੇ ਸਭ ਜਗ ਉਪਜੇ ਕੌਣ ਭਲੇ ਕੌਣ ਮੰਦੇ ਇੱਕੋ ਚੀਜ਼ ਆਪਾਂ ਬੇਟਾ ਇਹ ਜਾਣ ਕੇ ਫੁੱਟ ਪਾਉਂਦੇ ਆ ਜਾਣ ਕੇ ਖਰਾਬ ਕਰਦੇ ਰਾਜਨੀਤੀ ਪਰ ਉਹ ਤਾਂ ਵੱਖਰੀ ਬਾਤ ਰਹਿ ਗਈ ਇਹ ਸੜਕ ਰੋਕਣ ਦਾ ਕਿਆ ਮਤਲਬ लास्ट में क्या कहना चाहते हो बाबा जी मोदी साहब को प्रधानमंत्री हमारे देश के और फिलहाल पांचवे दौर की वार्ता के लिए किसानों को बुलाया गया मोदी साहब को तो ऐसे कहना है भी असी गए सा ओथे बैठे रहे 9-10 महीने के एने सानू सारा कुछ ना देता भी आ तुहानू माफी दित्ती सारा कुछ लिखती रूप च नहीं दित्ता मैं तुहानू फिर दे दूंगा मुकर गया मुकर दे ऐसा उरे केले गिर दियो ਕੇਲੇ ਗੇਰ ਦਿਓ ਔਰ ਜਿਹੜਾ ਤਗੜਾ ਬਾਂਦਰ ਹੁੰਦਾ ਨਾ ਉਹ ਐਸੇ ਰੁੱਗਾ ਵਰਤਾ ਹੈ ਉਹ ਜਾਤਾ ਹੈ ਇਹ ਆ ਬਾਂਦਰ ਲਾਂਡਾ ਬਾਂਦਰ ਆ ਮੋਦੀ ਲਾਂਡਾ ਬਾਂਦਰ ਸਾਰੇ ਕੇਲੇ ਲੈ ਗਿਆ ਠਾਕ ਉੱਪਰ ਚੜ੍ਹ ਗਿਆ ਜੋ ਸਾਹਿਬ ਮੇਰਾ ਬੇਟਾ ਆਪਕੀ ਸੇਵਾ ਨਹੀਂ ਕਰੇਗਾ ਅਰੇ ਇਸ ਨੂੰ ਮਾਨੀ ਦਵਾਨੀ ਇਸ ਨੂੰ ਖੱਫੜ ਵੀ ਨਹੀਂ ਪਾਉਣਾ ਇਸ ਕੇ ਗਲ ਮੈਂ ਬਗੈਰ ਖੱਫੜ ਹੋ ਜਾਏਗਾ ਜੀ ਮੇਰੀ ਆ ਬਾਤ ਤੁਸੀਂ ਤੇ ਜਿਉਂਦੇ ਰਹੋਗੇ ਜੇ ਮੋਦੀ ਨੂੰ ਖੱਫੜ ਮਾਨੀ ਦਵਾਨੀ ਪਾ ਗਿਆ ਨਾ ਤੁਹਾਡੀ ਬਾਬਾ ਐਵੇਂ ਪਤਾ ਹੀ ਕਰਦਾ